ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅਤੇ ਮਿਊਂਸੀਪਲ ਚੋਣਾਂ 20 ਤਰੀਕ ਨੂੰ ਹੋਣ ਜਾ ਰਹੀਆਂ ਅਤੇ ਉਹਨਾਂ ਚੋਣਾਂ ਨੂੰ ਲੜਨ ਵਾਸਤੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਜਿਹੜੇ ਆ ਅੱਗੇ ਆ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਸਰੀ ਦੇ ਫਿਊਚਰ ਦੇ ਲਈ ਆ ਕੇ ਅੱਗੇ ਆ ਕੇ ਕੰਮ ਕਰਾਂਗੇ। ਸੋ ਉਹਨਾਂ ਹੀ ਕਾਉਂਸਲਰਸ ਦੇ ਵਿੱਚੋਂ ਕੁਛ ਇੰਡੀਪੈਂਡੈਂਟਲੀ ਜਿਹੜੇ ਖੜ੍ਹੇ ਹੋਏ ਹੈਗੇ ਆ, ਕਿਸੇ ਟੀਮ ਦੇ ਨਾਲ ਨਹੀਂ ਖੜ੍ਹੇ ਹੋਏ, ਜਾਂ ਉਹਨਾਂ ਦੀ ਇੱਕ ਸਲੇਟ ਤਿਆਰ ਕੀਤੀ ਹੈ, ਕੋਈ ਮੇਅਰ ਨਹੀਂ ਹੈਗਾ। ਸੋ ਉਹ ਆਪਦੇ ਆਪ ਟਰਾਈ ਕਰ ਰਹੇ ਆ ਕਿ ਸਰੀ ਨੂੰ ਕਿੱਦਾਂ ਬੈਟਰ ਹੋਰ ਬਣਾਇਆ ਜਾਵੇ। ਸੋ ਤੁਸੀਂ ਵੋਟ ਕਰਨਾ ਨਹੀਂ ਭੁੱਲਣਾ, ਜਿਵੇਂ ਕਿ ਅਸੀਂ ਹਰੇਕ ਵਾਰ ਕਹਿੰਦੇ ਹਾਂ ਕਿ ਵੋਟ ਜ਼ਰੂਰ ਕਰਨੀ ਹੈਗੀ ਆ। ਵੋਟ 20 ਤਰੀਕ ਨੂੰ ਹੈਗੀ ਆ, ਐਡਵਾਂਸ ਪੋਲ ਇੱਕ ਦਿਨ ਰਹਿ ਗਿਆ ਸਰੀ ਦੇ ਵਿੱਚ, ਅਤੇ ਬਾਕੀ ਸਾਰੀਆਂ ਜਿਹੜੀਆਂ ਸਿਟੀਜ਼ ਦੇ ਵਿੱਚ ਅੱਡ ਅੱਡ ਦਿਨ ਜਿਹੜੇ ਐਡਵਾਂਸ ਪੋਲ ਦੇ ਹੈਗੇ ਆ। ਜੇ ਨਹੀਂ ਜਾ ਸਕਦੇ ਵੀ ਨੂੰ ਤਾਂ ਐਡਵਾਂਸ ਪੋਲ ਦੇ ਵਿੱਚ ਆਪਣੀ ਵੋਟ ਜ਼ਰੂਰ ਦਿਓ। ਅਤੇ ਅੱਜ ਮੇਰੇ ਨਾਲ ਹੈਗੇ ਨੇ ਅਸਦ ਸੈਯਦ, ਜਿਹੜੇ ਕਿ ਰਨ ਕਰ ਰਹੇ ਨੇ ਇੰਡੀਪੈਂਡੈਂਟਲੀ ਸਰੀ ਦੇ ਲਈ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਵੈਲਕਮ ਕਰਦੇ ਹਾਂ। ਸੋ ਹੈਲੋ ਐਂਡ ਵੈਲਕਮ। ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ ਹੇਅਰ। ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਵੀ ਹੈਵ ਬੋਥ ਮਿਊਂਸੀਪਲ ਇਲੈਕਸ਼ਨਸ ਔਨ 20th, ਯੂ ਆਰ ਰਨਿੰਗ ਇੰਡੀਪੈਂਡੈਂਟਲੀ, ਵਾਈ ਯੂ ਚੂਜ਼ ਟੂ ਰਨ ਐਜ਼ ਇੰਡੀਪੈਂਡੈਂਟ? ਐਕਚੁਅਲੀ ਮੈਂ ਰਹਿਤਾ ਹੂੰ ਲਾਸਟ 24 ਈਅਰਸ ਸੇ। ਸਰੇ ਮੈਂ ਜੋ ਹੈ ਨਾ, ਇਟ ਵਾਜ਼ ਅ ਡਿਫਰੈਂਟ ਸਿਟੀ। ਜਬ ਮੈਂ ਮੂਵ ਹੁਆ ਥਾ, ਇਟ ਵਾਜ਼ ਪੀਸਫੁਲ, ਅਫੋਰਡੇਬਲ, ਇੱਥੇ ਰਹਿਣੇ ਮੈਂ, ਇਟ ਵਾਜ਼ ਕਨਵੀਨੀਅੰਟ, ਇਟ ਵਾਜ਼ ਚੀਪ। ਬਟ ਲਾਸਟ 10 ਈਅਰਸ ਥਿੰਗਸ ਆਰ ਡਿਫਰੈਂਟ ਹੋ ਗਈਆਂ ਸਾਰੀ ਨਾ। ਜਿਹੜਾ ਪ੍ਰਾਈਜ ਹਾਊਸ ਕੀ ਇਜ਼ ਗੋਨ ਵੈਰੀ ਹਾਈ, ਦ ਰੈਂਟਸ ਆਰ ਗੋਨ ਰੀਅਲੀ ਹਾਈ, ਸਾਥ ਹੀ ਸਾਥ ਕ੍ਰਾਈਮ ਇਜ਼ ਗੋਨ ਸੋ ਹਾਈ। ਐਂਡ ਆਈ ਫੀਲ ਕਿ ਜੋ ਕੌਂਸਲ ਹੈ, ਜੋ ਰਿਸਪੋਂਸਿਬਲ ਹੈ ਇਨ ਚੀਜ਼ੋਂ ਕਾ ਟੇਕ ਕੇਅਰ ਕਰਨੇ ਕੀ, ਉਹ ਆਪਣੀ ਜੋਬ ਨਹੀਂ ਕਰ ਰਹੇ। ਉਨਕਾ ਟੋਟਲ ਡਿਸਕਨੈਕਟ ਹੈ ਪਬਲਿਕ ਕੇ ਸਾਥ, ਯਾ ਪਬਲਿਕ ਕੇ ਪ੍ਰੋਬਲਮ ਕੇ ਸਾਥ। ਸੋ ਦੈਟਸ ਵਾਈ ਵੀ ਡਿਸਾਈਡਿਡ ਕਿ ਅਬ ਹਮਨੇ ਜੋ ਹੈ ਨਾ ਇਲੈਕਸ਼ਨ ਲੜਨਾ ਹੈ ਵਿਦ ਦਾ ਸਿਟੀਜ਼ਨਸ, ਫਾਰ ਸਿਟੀਜ਼ਨਸ ਰਾਈਟ। ਤੋ ਇਸੀ ਕੇ ਲੀਏ ਵੀ ਫਾਰਮ ਦਿਸ ਗਰੁੱਪ, ਚਾਰ ਕੌਂਸਲਰ ਹਮ ਲੜਨਾ ਹੈ। ਉਸਮੇ ਇੱਕ ਸਾਇਰਾ ਜੀ ਹੈ, ਬਰਨੀ ਸ਼ੈਪਰਡ ਹੈ, ਡੈਰਿਕ ਹੈ, ਔਰ ਮਾਈਸੈਲਫ ਹੈ। ਸੋ ਵੀ ਆਰ ਟੋਟਲੀ ਇੰਡੀਪੈਂਡੈਂਟ ਐਂਡ ਲਾਈਕ ਮਾਈਂਡਡ ਪੀਪਲ, ਜੋ ਕਿ ਹਮ ਇਹ ਇਸ਼ੂਜ਼ ਕੋ ਡੀਲ ਕਰਨਾ ਚਾਹਤੇ ਹੈ ਸਿਟੀਜ਼ਨਸ ਕੇ ਲੀਏ। ਦੈਟਸ ਦਾ ਆਈਡੀਆ। ਸੋ ਆਪਕੇ ਕਹਿਣੇ ਕਾ ਮਤਲਬ ਹੈ ਕਿ ਆਪ ਲੋਗੋਂ ਕੀ ਆਵਾਜ਼ ਹੈ, ਪੀਪਲਸ ਵੋਇਸ, ਕਿ ਆਪ ਜੋ ਪੀਪਲ ਲੋਗ ਫੀਲ ਕਰਤੇ ਹੈ ਉਨਕੋ ਸਾਹਮਣੇ ਲੇਕਰ ਆਏਂਗੇ। ਅਗਰ ਮੈਂ ਬਾਤ ਕਰੂੰ ਕ੍ਰਾਈਮ ਕੀ, ਅਭੀ ਸਰੀ ਮੇਂ ਹੁਆ ਹੈ ਕਿ ਕੱਲ ਹੀ ਹੁਆ ਹੈ ਕਿ ਗੋਲੀਆਂ ਚਲੀ ਹੈ, 30 ਈਅਰਸ ਕੇ ਯੰਗ ਬੱਚੇ ਹੈ ਵੋ ਮਰ ਰਹੇ ਹੈ। ਸੋ ਬੜ ਰਹਾ ਹੈ ਦਿਨ ਪੇ, ਹਰੇਕ ਦਿਨ ਕੋਈ ਨਾ ਕੋਈ ਨਈ ਹਮੇ ਖਬਰ ਸੁਣਨੇ ਕੋ ਮਿਲ ਜਾਤੀ ਹੈ। ਸੋ ਉਸ ਕ੍ਰਾਈਮ ਕੇ ਲੀਏ, ਉਸ ਗੈਂਗ ਵਾਇਲੈਂਸ ਜੋ ਹੋ ਰਹੀ ਹੈ, ਉਸਕੇ ਲੀਏ ਆਪ ਕਿਆ ਕਰਨਾ ਚਾਹਤੇ ਹੈ? ਜੀ ਹਾਂ, ਦਿਸ ਇਜ਼ ਦਾ ਮੇਨ ਇਸ਼ੂ ਹੈ। ਅਗਰ ਇਫ ਯੂ ਡੂ ਦਾ ਸਰਵੇ, ਤੋ ਕ੍ਰਾਈਮ ਸੇਫਟੀ ਐਂਡ ਗੈਂਗ ਵਾਇਲੈਂਸ ਦਾ ਮੇਨ ਇਸ਼ੂ ਹੈ ਸਰੇ ਕਾ, ਹਾਈਐਸਟ ਕ੍ਰਾਈਮ ਇਨ ਪੂਰੇ ਲੋਅਰ ਮੇਨਲੈਂਡ ਮੇਂ। ਜੀ, ਉਸਕੀ ਰੀਜ਼ਨ ਯਹ ਹੈ ਕਿ RCMP ਡੂਇੰਗ ਏ ਗੁੱਡ ਜੋਬ, ਲੇਕਿਨ RCMP ਕਾ ਪ੍ਰੋਬਲਮ ਯਹ ਹੈ ਕਿ ਦੇ ਕਮ ਫਰੋਮ ਅਟਾਵਾ, ਇਟਸ ਅ ਫੈਡਰਲੀ ਫੰਡਡ ਥਿੰਗ, ਔਰ ਆਫੀਸਰ ਜੋ ਇਧਰ ਆਤੇ ਹੈ ਦੇ ਆਰ ਕਮ ਹੇਅਰ ਫਾਰ 2 ਈਅਰਸ 3 ਈਅਰਸ, ਡਿਪੋਟੇਸ਼ਨ ਟਰਾਂਸਪੋਰਟੇਸ਼ਨ। ਸੋ ਉਨਕੇ ਕੋਈ ਰੂਟਸ ਨਹੀਂ ਹੈ ਸਿਟੀ ਆਫ ਸਰੇ ਕੇ ਕਮਿਊਨਿਟੀ ਕੇ ਸਾਥ ਜੋ ਹੈ ਨਾ। ਸੋ ਫਾਰ ਦੈਮ ਇਟ ਇਜ਼ ਜਸਟ ਜੋਬ। ਸੋ ਹਮਾਰਾ ਪਲਾਨ ਯਹ ਹੈ ਕਿ ਵੀ ਵਿਲ ਹੈਵ ਏ ਲੋਕਲ ਮਿਊਨਿਸਪਲ ਪੁਲਿਸ, ਇੱਕ ਐਸੀ ਪੁਲਿਸ ਜੋ ਕਿ ਯਹਾਂ ਰਿਕਰੂਟ ਹੋਗੀ, ਯਹਾਂ ਫਾਰਮ ਹੋਗੀ, ਔਰ ਜੋ ਆਫੀਸਰਸ ਹੋਂਗੇ ਉਹ ਲੋਕਲ ਕਮਿਊਨਿਟੀ ਸੇ ਹੋਂਗੇ, ਜਿਨਕੇ ਬੱਚੇ ਯਹਾਂ ਆਏ ਹੈ, ਜਿਨਕੇ ਮਾਂ ਬਾਪ ਯਹਾਂ ਆਏ ਹੈ, ਜਿਨਕੇ ਰੂਟਸ ਯਹਾਂ ਆਏ, ਜੋ ਯਹਾਂ ਗਰੋ ਅਪ ਹੋਏ। ਸੋ ਉਹਨੇ ਪ੍ਰੋਬਲਮ ਕਾ ਜ਼ਿਆਦਾ ਪਤਾ ਹੋਗਾ, ਔਰ ਦੇ ਵਿਲ ਬੀ ਮੋਰ ਕੰਸਰਨ। ਦੂਸਰੀ ਬਾਤ ਇਹ ਕਿ ਥੋੜ੍ਹਾ ਸਾ ਇਹ ਸਾਰਾ ਸਿਸਟਮ ਚੇਂਜ ਕਰਨਾ ਪਵੇਗਾ, ਮੈਂ ਥੋੜ੍ਹਾ ਸਾ ਜੋ ਹੈ ਨਾ ਓਲਡ ਫੈਸ਼ਨ ਵੇ ਜਾਣਾ ਪਵੇਗਾ। ਰਾਈਟ ਨਾਓ ਦੇਰ ਆਰ ਓਨਲੀ 1 or 2 ਸੈਂਟਰਲ ਸਟੇਸ਼ਨ, ਪੁਲਿਸ ਸਟੇਸ਼ਨ, ਜਹਾਂ ਸੇ ਉਹ ਸਾਰਾ ਕੰਟਰੋਲ ਹੋਤਾ ਹੈ। ਹਮਾਰਾ ਪਲਾਨ ਇਹ ਕਿ ਹਮ ਸਿਟੀ ਆਫ ਸਰੇ ਕੋ 8 or 10 ਜ਼ੋਨਸ ਮੇਂ ਡਿਵਾਈਡ ਕਰੇਂ, ਐਂਡ ਦੈਨ ਓਲਡ ਸਟਾਈਲ ਪੁਲਿਸ ਸਟੇਸ਼ਨ ਹਰ ਉਨ ਜ਼ੋਨਸ ਮੇਂ ਡਿਫਰੈਂਟ ਹੋ, ਉਨਕਾ ਇੱਕ ਅਲੱਗ ਇੰਚਾਰਜ ਹੋ, ਹੀ ਵਿਲ ਬੀ ਰਿਸਪੋਂਸਿਬਲ ਫਾਰ ਦ ਏਰੀਆ, ਐਂਡ ਵੀ ਵਿਲ ਪੁੱਟ ਮੋਰ ਅੰਡਰ ਕਵਰ ਆਫੀਸਰਸ, ਜੋ ਕਿ ਉਸ ਏਰੀਏ ਪਰ ਨਜ਼ਰ ਰੱਖੇ ਕੀ ਚੇਂਜਿਸ ਆ ਰਹੇ ਹੈ। ਹਮਾਰੇ ਯੰਗ ਬੱਚੇ ਬਹੁਤ ਇਫੈਕਟਿਡ ਹੈ, ਸਕੂਲਸ ਮੇਂ ਜੋ ਹੈ ਨਾ ਉਨਕੋ ਡਰੱਗ ਡੀਲਰਸ ਜਾਂ ਜੋ ਵੀ ਹੈ ਰਿਕਰੂਟ ਕਰ ਲੈਤੇ ਹੈ, ਉਨਕੋ ਲਾਲਚ ਆ ਜਾਤਾ ਹੈ, ਦੇਖਤੇ ਹੈ ਕਿ ਇੱਕਦਮ ਪੈਸੇ ਆਉਣਾ ਸ਼ੁਰੂ ਹੋ ਗਏ, ਦੈਨ ਦੇ ਸਟਾਰਟ ਬਾਇੰਗ ਦਮ ਬਿਗ ਕਾਰਸ, ਮਸਲਸ ਕਾਰ, ਲਾਈਫ ਸਟਾਈਲ ਚੇਂਜ ਹੋ ਜਾਤਾ ਹੈ, ਤੋ ਉਨ ਪਰ ਨਜ਼ਰ ਰੱਖਣੇ ਕੀ ਜ਼ਰੂਰਤ ਹੈ। ਸੋ ਦੇਰ ਆਰ ਦਿਸ ਅ ਡਿਫਰੈਂਟ ਵੇਜ਼ ਟੂ ਡੀਲ ਵਿਦ ਦਿਸ ਵਨ, ਨਾਟ ਓਨਲੀ ਵਨ। ਯੰਗਸਟਰਸ ਪੇ ਕੰਮ ਕਰਨਾ ਪਵੇਗਾ, ਉਹਨੇ ਇੰਗੇਜ ਕਰਨਾ ਪਵੇਗਾ ਸੋਸ਼ਲ ਐਕਟੀਵਿਟੀਜ਼ ਮੇਂ, ਉਧਰ ਸੇ ਉਹਨੇ ਹਟਾਨਾ ਪਵੇਗਾ ਕ੍ਰਾਈਮ ਸੇ, ਫਿਰ ਜੋ ਹੈ ਨਾ
स्ट्रिक्ट जो है ना लॉ इन्फोर्समेंट करनी पड़ेगी और हमें बड़ी फिशेस पे हाथ डालना होगा जो कि इन क्राइम के जिम्मेदार हैं, तब कुछ हो सके। जैसे कि आपने बताया कि लोकल पुलिस है उसको लाना पड़ेगा, उसके लिए तो टाइम लगेगा, अभी उसके उस पर काम करना बाकी है, तो इमीडिएटली क्या हो सकता है कि उस जिस पे हम काम करना स्टार्ट कर दें कि ये जो गैंग्स हैं जो ड्रग्स हैं ये रुक सके? उसके लिए यू आर राइट कि आरसीएमपी का सिस्टम दे हैव कॉन्ट्रैक्ट 5 ईयर्स का, उन्हें नोटिस देना पड़ेगा, चेंज करना पड़ेगा जी, जी। लेकिन हमें कुछ फंड्स अभी से जो है ना लोकल पुलिस के लिए डालने पड़ेंगे। फिर जो है ना मेंटल हेल्थ और यूथ एजुकेशन, इन में हमें स्कूलों में जो एजुकेशन है उसमें हमें अभी से डालना पड़ेगा राइट अवे। सो विद इन से टू ईयर्स हम एक नया एस्टेब्लिश कर सकें। अगर शुरुआत हो तो कुछ या एटलीस्ट सभी स्टार्ट तो कहीं से करना होगा, सभी तो 2-3 ईयर्स देन थिंग्स कैन बी सेट। सो इससे बाद अगर मैं बात करूं कि अफोर्डेबिलिटी की, हाउसिंग, सो सबसे बड़ी इशू जो आ रहा है वो अभी यूथ को आ रहा है, होमलेस हैं लोग, उनके पास अफोर्डेबिलिटी नहीं है, सो उसके उस पर आप कैसे काम करना चाहते हैं? देखिए अफोर्डेबिलिटी इतनी ख़राब हो चुकी है, सिचुएशन इज सो बैड कि मैं कहता हूँ कि बहुत सारे लोग जिनकी लो इनकम है या जो मतलब मिनिमम वेज पे काम कर रहे हैं वो भी 1-2 पैसे अवे है होमलेसनेस से। अगर उनकी जॉब आज ख़त्म हो जाए 2-3 महीने के बाद वो भी रोड पर नज़र आए। उसकी वजह यह है कि रेंट्स डबल, मोर देन डबल हो गए, हाउसिंग की प्राइजेज मोर देन डबल ट्रिपल हो गई हैं, सो कॉमन पर्सन कैन नॉट बाय और रेंट, आई मीन राइट नाउ सीरियस प्रॉब्लम। सो हमारा प्लान, वी हैव ए 5-point agenda टू डील विद दिस वन। उसमें पहला हमारा प्लान यह है कि जो भी डेवलपर या बिल्डर जो भी नया प्रोजेक्ट के लिए अप्लाई करेगा उसमें उसको 20-30% जो होम या अपार्टमेंट जो भी उसने बनाना है उसको सब्सिडाइज प्राइस पर सेल करना होगा या द चीप प्राइस। ही कैन सेल 70% ऑफ हिज प्रोडक्ट ऑन द मार्केट प्राइस बट 20-30% ही हैज टू सेल द लो प्राइस एंड सब्सिडाइज प्राइस फॉर द पीपल, वो जो इस सरे में रह रहे हैं जिनकी इनकम एक सर्टन लेवल तक है तो उसको सेल उन्हें करना होगा। ये हम एक लेजिस्लेट करेंगे सिटी में। दूसरा हमारा प्लान ये है कि सिटी ऑफ सरे की एक कॉरपोरेशन है, सिटी ऑफ सरे डेवलपमेंट कॉरपोरेशन, जो कि अभी बड़ी बड़ी हाई राइजेज और कमर्शियलों को बना रही है जस्ट फॉर मेकिंग प्रॉफिट, उसको हमने कन्वर्ट करना है पब्लिक एंड अफोर्डेबल हाउसिंग कॉरपोरेशन में। तो उसके अंडर जो है ना सिटी के पास लैंड है, सो वो लैंड जो है ना हम उस यूटिलाइज करेंगे अफोर्डेबल हाउसिंग बनाने के लिए, कोऑप हाउसिंग बनाने के लिए, टाउन हाउस से जो कि लो इनकम फैमिलीज को दिए जाएंगे, वो लोग जो सरे में रहते हैं। इसी तरह रेंटल यूनिट जो बनाएंगे वो भी लो इनकम फैमिलीज को दिए जाएंगे और ये कंडीशनल होगी कि जो रेंट है वो 30% से एक्सीड नहीं करेगा फॉर द इनकम ऑफ द फैमिली। इफ़ यू आर मेकिंग $100 सो योर रेंट विल नॉट बी मोर देन $30 because it will be all subsidized and government thing. Or then we have to do more legislation, tax mein tabdeel karni padegi. So and then there are like we will moratorium hum dal denge city land jo abhi developers ko build karte sell karte hain, we will stop that for 5 years until we have enough supply of the houses. So this will be our plan to deal with that. For the homelessness also, we need to build shelters. Right now it's time to break and then we will discuss about the homelessness. Okay, so jald wapas aane wala ho chuka hai, ek choti ji break da, par gal baat jari rahegi. Homelessness jehda serious issue hai ohde bare vi inna naal gal baat karange, par lene ek choti ji break.
ਸੋ ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਗੱਲਬਾਤ ਹੋ ਰਹੀ ਆ ਅਸਦ ਸੈਯਦ ਜੀ ਨਾਲ ਜਿਨ੍ਹਾਂ ਨੇ ਗੱਲ ਕਰ ਰਹੇ ਨੇ ਉਹ ਕ੍ਰਾਈਮ ਦੇ ਬਾਰੇ ਅਫੋਰਡੇਬਿਲਟੀ ਦੇ ਬਾਰੇ ਜਿਹੜੇ ਕਿ ਉਹ ਇੰਡੀਪੈਂਡੈਂਟਲੀ ਰਨ ਕਰ ਰਹੇ ਨੇ ਮਿਊਂਸੀਪਲ ਇਲੈਕਸ਼ਨਸ ਦੇ ਵਿੱਚ ਉਹ ਕਹਿੰਦੇ ਨੇ ਕਿ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਕ੍ਰਾਈਮ ਨੂੰ ਘੱਟ ਕੀਤਾ ਜਾ ਸਕਦਾ ਉਹਨਾਂ 'ਤੇ ਕੰਮ ਕਰਨ ਦੀ ਲੋੜ ਆ ਸਭ ਕੁਝ ਦੱਸ ਰਹੇ ਨੇ ਅਤੇ ਉਹਨਾਂ ਨਾਲ ਗੱਲਬਾਤ ਹੁਣ ਅੱਗੇ ਵਧਾਉਂਦੇ ਹਾਂ ਹੋਮਲੈਸਨੈਸ 'ਤੇ ਸੋ ਸੈਯਦ ਜੀ ਜਿੱਦਾਂ ਹੋਮਲੈਸਨੈਸ ਹੈਗੀ ਆ ਸੋ ਪਿਛਲੇ ਹੀ ਹਫ਼ਤੇ ਰਿਪੋਰਟ ਆਈ ਹੈਗੀ ਹੈ ਕਿ 681 ਜਿੰਨੇ ਵੀ ਵਿੱਚੋਂ 681 ਯੂਥ ਆਰ ਔਨ ਰੋਡਸ ਦੇ ਡੋਂਟ ਹੈਵ ਹੋਮਸ ਸੋ ਲਾਈਕ ਹਾਊ ਯੂ ਡੀਲ ਵਿਦ ਦਿਸ ਇਸ਼ੂ ਹੋਮਲੈਸਨੈਸ ਕੇ ਜੋ ਨੰਬਰ ਜੋ ਆਪਕੇ ਸਾਹਮਣੇ ਆ ਰਹੇ ਹੈ ਇਹ ਦੀਸ ਆਰ ਨਾਟ ਦ ਰਾਈਟ ਫਿਗਰਸ ਜੀ ਜੀ ਇਹ 681 ਦਿਸ ਇਸ ਨਾਟ ਦ ਰਾਈਟ ਨੰਬਰ ਹੋਮਲੈਸਨੈਸ ਇਸ ਬਹੁਤ ਜ਼ਿਆਦਾ ਪੀਪਲ ਆਰ ਬਹੁਤ ਜ਼ਿਆਦਾ ਇਸ ਵਕਤ ਪੂਰੇ ਸਰੇ ਮੇ ਜੋ ਹੈ ਨਾ ਵੀ ਗੋ ਐਨੀਵੇਅਰ ਜਾਂ ਵੀ ਆਪ ਦੇਖਤੇ ਹੈ ਖਾਲੀ ਪਲਾਟ ਹੈ ਜਗ੍ਹਾ ਹੈ ਕੋਈ ਮਾਰਕੀਟ ਕੇ ਪਿੱਛੇ ਯੂ ਵਿਲ ਫਾਈਂਡ ਪੀਪਲ ਰੀਜ਼ਨ ਉਸਕੀ ਇਹ ਹੈ ਕਿ ਅਫੋਰਡੇਬਿਲਿਟੀ ਨਹੀਂ ਰਹੀ ਲੋਕਾਂ ਕੀ ਐਸੇ ਬੰਦੇ ਵੀ ਹੋਮਲੈਸ ਹੋ ਰਹੇ ਹੈ ਜੋ ਕਿ ਕੰਮ ਕਰਨ ਵਾਲੇ ਬੰਦੇ ਇੱਥੇ ਜੋ ਕਿ ਟੈਕਨੀਕਲ ਬੰਦੇ ਹੈ ਜੋ ਸਮਝਦੇ ਹੈ ਲੇਕਿਨ ਉਹ ਅਫੋਰਡ ਨਹੀਂ ਕਰ ਪਾ ਰਹੇ ਫਾਈਨਲੀ ਦੇ ਗਿਵ ਅਪ ਯੇ ਜੋ 681 ਕਾ ਜੋ ਆਈ ਹੈ ਰਿਪੋਰਟ ਯੇ ਓਨਲੀ ਯੂਥ ਕੀ ਹੈ ਜਿਨਕਾ ਉਨ੍ਹੋਨੇ ਸਰਵੇਖਣ ਕੀਆ ਜਾ ਕਰ ਸਰਵੇ ਕੀਆ ਸੋ ਉਨਕੇ ਬਾਅਦ ਅਗਰ ਬਾਤ ਕਰੇ ਤੋ ਬਹੁਤ ਜ਼ਿਆਦਾ ਹੈ ਜੈਸੇ ਆਪਨੇ ਬਤਾਇਆ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਨੰਬਰਸ ਇਨ ਥਾਊਜ਼ੈਂਡਸ ਉਸਕੀ ਰੀਜ਼ਨ ਇਹ ਹੈ ਕਿ ਇਸ ਵਕਤ ਕੋਈ ਪਾਲਿਸੀ ਨਹੀਂ ਬਣਾਈ ਗਈ ਪਿਛਲੇ 15 ਟੂ 20 ਇਅਰਸ ਮੇ ਕੋਈ ਐਸੇ ਸ਼ੈਲਟਰਸ ਕੋਈ ਐਸੀ ਬਿਲਡਿੰਗਸ ਕੋਈ ਐਸੇ ਨਹੀਂ ਬਣਾਏ ਗਏ ਜੋ ਕਿ ਹੋਮਲੈਸ ਜਾਂ ਸੀਨੀਅਰਸ ਕੇ ਲਈ ਬਣਾਏ ਜਾ ਰਹੇ ਕੋਈ ਇਨਵੈਸਟਮੈਂਟ ਨਹੀਂ ਆਇਆ ਬੀ ਸੀ ਹਾਊਸਿੰਗ ਹੈਵ ਦਾ ਫੰਡਸ ਫੈਡਰਲ ਗਵਰਨਮੈਂਟ ਹੈਵ ਦਾ ਫੰਡਸ ਸਿਟੀ ਆਫ ਸਰੇ ਕੀ ਰਿਸਪੋਂਸਿਬਿਲਿਟੀ ਹੈ ਕਿ ਉਹ ਸਰ ਰਿਕੁਐਸਟ ਕਰੇ ਕਿ ਵੀ ਨੀਡ ਦਿਸ ਥਿੰਗ ਹਮੇ ਫੰਡਸ ਚਾਹੀਏ ਲੇਕਿਨ ਦੇ ਨੈਵਰ ਆਸਕ ਫੋਰ ਦੈਟ ਸੋ ਜੈਸੇ ਜੈਸੇ ਮਹਿੰਗਾਈ ਵੱਧ ਰਹੀ ਹੈ ਇਨਕਮ ਇਜ਼ ਦਾ ਸੇਮ so people are not able to afford the things so finally they are going on homelessness the city of Surrey unfortunately so heartless hai disconcerned hai 300 people tent laga ke reh rahe the one of four so ke darmiyan jo hai they were building a high rise 51 story high rise millions of $200 million they were not ready to spend ke unko koi $1 million kharch karke ਕਹੀਂ ਸ਼ੈਲਟਰ ਮੇਂ ਕਰਦੇ ਫਾਈਨਲੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਯੇ ਕੇਬਿਨ ਪ੍ਰੋਵਾਈਡ ਕੀਏ ਔਰ ਉਨਕੋ ਮੂਵ ਔਨ ਕੀਆ ਨਾਓ ਦੇ ਆਰ ਟੇਕਿੰਗ ਕ੍ਰੈਡਿਟ ਸੋ ਦੈਟਸ ਵਾਟ ਆਈ ਵਾਸ ਟ੍ਰਾਇੰਗ ਟੂ ਸੇ ਕਿ ਦਿਸ ਕੌਂਸਲ ਇਜ਼ ਟੋਟਲੀ ਡਿਸਕਨੈਕਟ ਵਿਦ ਪੀਪਲ ਦੇ ਡੋਂਟ ਕੇਅਰ ਅਬਾਊਟ ਦਾ ਹੋਮਲੈਸਨੈਸ ਦੇ ਡੋਂਟ ਕੇਅਰ ਅਬਾਊਟ ਦਾ ਅਫੋਰਡੇਬਿਲਿਟੀ ਦੇ ਆਰ ਓਨਲੀ ਹੈਲਪਿੰਗ ਦੇਅਰ ਫਰੈਂਡਸ ਦੇਅਰ ਸਪੌਂਸਰਸ ਦੇ ਸਪੈਸ਼ਲ ਇੰਟਰਸਟ ਗਰੁੱਪ ਸੋ ਇਸ ਪਰ ਸੀਰੀਅਸਲੀ ਕੰਮ ਕਰਨੇ ਕੀ ਜ਼ਰੂਰਤ ਹੈ ਹੋਮਲੈਸਨੈਸ ਪੇ ਓਵਰਆਲ ਅਫੋਰਡੇਬਿਲਿਟੀ ਸਿਟੀ ਮੇਂ ਲਾਨੀ ਪੜੇਗੀ ਅਦਰਵਾਈਜ਼ ਹੋਮਲੈਸਨੈਸ ਵਿਲ ਨੈਵਰ ਰਿਡਿਊਸ ਵੋ ਤੋ ਜੈਸੇ ਆਪਣੇ ਬਤਾਇਆ ਕਿ ਹੋਮਲੈਸਨੈਸ ਇਜ਼ ਅ ਸੀਰੀਅਸ ਇਸ਼ੂ ਯੰਗ ਜਨਰੇਸ਼ਨ ਕੇ ਲੀਏ ਤੋ ਸਭਸੇ ਬੜਾ ਹੈ ਕਿਉਂਕਿ ਅਬ ਬਾਕੀ ਬਜ਼ੁਰਗੋਂ ਕਾ ਤੋ ਸਮਝ ਮੇਂ ਆਤਾ ਹੈ ਕਿ ਉਨਸੇ ਕਾਮ ਨਹੀਂ ਹੋਣ ਜਾ ਰਹਾ ਉਨਕੋ ਉਨਕੇ ਬੱਚੇ ਨਹੀਂ ਸੰਭਾਲ ਰਹੇ ਬਟ ਜੋ ਯੂਥ ਮੇਂ ਹੈ ਵੋ ਇਟਸ ਅ ਸੀਰੀਅਸ ਪ੍ਰੋਬਲਮ ਇਨ ਇਨ ਸੋਸਾਇਟੀ ਸੋ ਅਗਰ ਸੀਨੀਅਰਸ ਕੀ ਅਭੀ ਮੈਨੇ ਬਾਤ ਕੀ ਹੈ ਕਿ ਸੀਨੀਅਰਸ ਕੇ ਲੀਏ ਫੈਸਿਲਿਟੀਜ਼ ਔਰ ਕੌਨ ਸੇ ਪ੍ਰੋਗਰਾਮ ਆਪ ਇੰਟਰੋਡਿਊਸ ਕਰਨਾ ਚਾਹਤੇ ਹੈ ਦੇਖੀ ਸੀਨੀਅਰ ਕਾ ਇਸ ਵਕਤ ਪ੍ਰੋਬਲਮ ਇਹ ਹੈ ਕਿ ਫਿਰ ਉਹ ਬਾਤ ਇਕਨੋਮਿਕਸ ਪਰ ਆਤੀ ਹੈ ਕਿ ਜੋ ਫੰਡਸ ਉਹਨੇ ਮਿਲਤੇ ਹੈ ਜੋ ਉਨਕੋ ਸੀਨੀਅਰ ਪੈਨਸ਼ਨ ਹੈ ਇਟਸ ਨਾਟ ਐਨਫ ਵਟ ਐਵਰ ਦੇ ਆਰ ਗੈਟਿੰਗ ਉਹ ਜੋ ਡੇ ਟੂ ਐਕਸਪੈਂਸਿਸ ਹੈ ਉਨਕੇ ਉਹ ਕਵਰ ਨਹੀਂ ਹੋਤੇ ਉਸਕੇ ਸਾਥ ਜੋ ਹੈ ਤੋ ਇਸ ਲਈ ਦੇ ਆਰ ਆਲਸੋ ਗੋਇੰਗ ਹੋਮਲੈਸ ਸੀਨੀਅਰਸ ਵੀ ਜੋ ਹੈ ਦੇ ਆਰ ਸੀਨੀਅਰਸ ਆਰ ਗੋਇੰਗ ਬਿਕਾਜ਼ ਪੈਸੇ ਨਹੀਂ ਹੈ ਸੋ ਵਾਟ ਦੇ ਵਿਲ ਡੂ ਸੋ ਵੀ ਹੈਵ ਟੂ ਡੂ ਮੈਨੀ ਥਿੰਗਸ ਫਸਟ ਆਫ ਆਲ ਵੀ ਹੈਵ ਟੂ ਪ੍ਰੋਵਾਈਡ ਡਿਫਰੈਂਟ ਪ੍ਰੋਗਰਾਮਸ ਫੋਰ ਸੀਨੀਅਰਸ ਉਨਕੇ ਲਈ ਅਫੋਰਡੇਬਲ ਹਾਊਸਿੰਗ ਹਮੇ ਪ੍ਰੋਵਾਈਡ ਕਰਨੀ ਪੜੇਗੀ ਹਮਨੇ ਜੋ ਹੈ ਨਾ ਕੋਆਪ ਹਾਊਸਿਸ ਬਣਾਉਣੇ ਪੜੇਂਗੇ ਜਿਸਮੇ ਵੋ ਲੋ ਇਨਕਮ ਕੇ ਸਾਥ ਰਹਿ ਸਕੇ ਪਲੱਸ ਉਨਕੀ ਮੈਂਟਲ ਹੈਲਥ ਪੇ ਹਮੇ ਵੀ ਹੈਵ ਟੂ ਸਟਾਰਟ ਪ੍ਰੋਗਰਾਮ ਫੋਰ ਦੈਮ ਔਰ ਦੂਸਰੇ ਜੋ ਜੋ ਇੱਕ ਬੜਾ ਇਸ਼ੂ ਹੈ ਲੋਨਲੀਨੈਸ ਕਾ ਜੋ ਸੀਨੀਅਰਸ ਜੋ ਹੈ ਨਾ ਦੇ ਫੀਲ ਲੋਨਲੀ ਵੈਨ ਦੇ ਫੀਲ ਲੋਨਲੀ ਦੇ ਆਰ ਡਿਪਰੈਸ ਔਰ ਬਹੁਤ ਸਾਰੇ ਉਨਕੇ ਮੈਂਟਲ ਇਸ਼ੂ ਫਿਰ ਪੈਦਾ ਹੋਤੇ ਫਿਰ ਹਾਸਪਿਟਲਸ ਕੇ ਖਰਚੇ ਬੜਤੇ ਹੈ ਸੋ ਇਸ ਪੇ ਵੀ ਹਮੇ ਕਾਮ ਕਰਨਾ ਹੋਗਾ ਕਿ ਹਮ ਇੱਕ ਐਸੀ ਕੌਂਸਲਿੰਗ ਇਸ ਤਰ੍ਹਾਂ ਕੇ ਪ੍ਰੋਗਰਾਮ ਕੇ ਲੀਏ ਕਰੇਂਗੇ ਦੇ ਡੋਂਟ ਫੀਲ ਲੋਨਲੀ ਇੱਕ ਔਰ ਜੋ ਮਸਲਾ ਹੈ ਵੋ ਸਾਹਮਣੇ ਆਤਾ ਹੈ ਕਿ ਹਾਸਪਿਟਲ ਨਹੀਂ ਹੈ ਸਰੀ ਮੇਂ
एक है उसमें बहुत वेटिंग है और हॉस्पिटल लाइक सड़ी नीज हॉस्पिटल फॉर श्योर, तो उसके लिए आप क्या कहना चाहते हैं? देखिए प्लान पहले था कि अनदर हॉस्पिटल इज कमिंग जी 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 152nd और हाईवे 10 के पास जी जी जी। अब आई नो कि अभी काउंसिल कैन नॉट डू मच बिकॉज ये जरा प्रोविंशियल लेवल का मामला है फ्रेजर हेल्थ का, सो अनफॉर्चुनेटली, लेकिन सिटी ऑफ सरे हैज टू पुश रियली, सो दूसरे हॉस्पिटल के लिए वी विल ट्राई अवर बेस्ट, वी कांट से हाउ मच टाइम इट विल टेक, बट या द प्लान्स आर देयर, सो वी ट्राई टू गेट मोर फंडिंग डिफरेंट वेज गवर्नमेंट लेवल और प्राइवेट स्पॉन्सर्स और व्हाटएवर इट हैज टू रोल या अगर मैं बात करूं कि आगे और कौन सा इशू आपके हिसाब से ऐसा है जो जिस पे काम करना इमीडिएटली काम करना चाहिए गवर्नमेंट को, और अगर आप इलेक्ट होते हैं तो आप कौन सा ऐसा सीरियस इशू है जिसे सबसे पहले उठाना चाहेंगे? ये एक जो मेजर है वो हमने डिस्कस किए हैं कि यहाँ क्राइम्स हैं और सिक्योरिटी सेफ्टी पीपल आर फीलिंग सेफ इन द अफोर्डेबिलिटी आल्सो, हमने ये रोकना होगा राइट अवे। फिर हमें जो है ना थोड़ा बिजनेसेस लाने होंगे, उनको इनक्रेज करना होगा, वो एक थोड़ा सा इशू है। हमारे पास लैंड है, सिटी ऑफ सर है, बिग लैंड, लेकिन एक वो इंसेंटिव नहीं है बिजनेसेस के लिए कि वो आए, सो वी हैव टू ब्रिंग दोज हाई टेक कंपनीज लाइक अमेजोन और माइक्रोसॉफ्ट, सो वी हैव टू गिव देम टैक्स इंसेंटिव ताकि वो इधर आए, दे ओपन देयर बिग थिंग्स, सो हमारे लोगों को या एम्प्लॉयमेंट मिले, और छोटे बिजनेसेस को वी हैव टू एनकरेज देम टू गिव देम सम टैक्स इंसेंटिव। या बिकॉज ऑलरेडी सरी में जो है वो ट्रैफिक और सड़कों पे जो ऑलरेडी बढ़ रहा है, तो उसको कंट्रोल में लाने के लिए आपके पास क्या प्लान है? उसका ये कि ट्रांसपोर्टेशन के ऊपर दे आर डिफरेंट सजेशंस आ रहे हैं, डिफरेंट स्लेट्स दे रहे हैं, कोई स्काई ट्रेन की बात कर रहा है, कोई एलआरटी की बात कर रहा है, लेकिन सब में वो एलआरटी तो बिल्कुल ही फेल्योर है मेरे लिए कि वो और कंजेशन बढ़ा देगी प्रॉब्लम, लेकिन ये कि स्काई ट्रेन इज़ द बेटर ऑप्शन एंड देन दे हैव टू मेक द वाइडर रोड्स। आई विल सजेस्ट ए रिंग रोड अराउंड द सिटी, इसमें ट्रैफिक ताकि फ्लाई ओवर से जो है ना वो पास हो जाए, विल रिड्यूस द एज मच एज सिग्नल्स उस फ्लाई ओवर के जरिए हम कर सकें, बिग रिंग रोड बना दें जो कि आज सारी बड़ी सिटीज की रिक्वायरमेंट है, सो यू हैव टू स्पेंड सम मनी देयर, प्लस पब्लिक ट्रांसपोर्टेशन ज़रा इतनी इम्प्रूव कर ली जाए, कनेक्शंस जो है ना बसेस के दिए जाए फ्रॉम छोटे एरिया से मेन स्टेशन तक आने के लिए ताकि वो कम यूज़ करें। अगर मैं अब बात करूं कि आप कहते हैं कि मैं इन सब के लिए आवाज़ उठाना चाहता हूं इफ़ यू आर इलेक्टेड, अगर लोगों की बात करें कि आप लोगों की आवाज़ हैं, आप कहते हैं कि लोग जो कहते हैं हम उनको आगे लेकर आते हैं गवर्नमेंट के लोगों की आवाज़ को, तो लोग जो है वो आप ही को वोट क्यों डालें, वो व्यूअर्स को बताइए आप। देखें यू नो द करंट काउंसिल and the mayor, they are same together. They did not made any change. So because they are one slate, they elected on one slate all the councillors and candidate. So this time aap change kare, aap un logon ko vote de jo ki aapki awaaz bankar samne aa sake, jo ki aapke bare mein kare, koi personal unke interest na ho, special interest na ho. So isliye hum request karenge ki independent minded logon ko आप वोट दें जिनका कोई अफिलिएशन ना हो किसी के साथ, और वोट माय रिक्वेस्ट वोट से 20th को उसके लिए क्या कहना चाहते हैं? या वोट अभी एडवांस पोलिंग चल रही है, कल एक लास्ट डे है एडवांस पोलिंग का, 13th of October, द नेक्स्ट वन इज 20th, सो मैं आप सबको यही दरख्वास्त करूंगा, विनती करूंगा कि प्लीज़ वोट ज़रूर दें, अगर मैं पसंद नहीं है किसी और को दें, मेरी रिक्वेस्ट यही होगी कि आप इंडिपेंडेंट सरे वोटर्स एसोसिएशन को वोट दें, हमारे ग्रुप को वोट दें, लेकिन आप घर से निकले ज़रूर, हमारा परसेंटेज वोट देने का बहुत कम है हमारी कम्युनिटी का, सो वो बढ़ाएं, सो मेरी दरख्वास्त है आप 20 तारीख को ज़रूर निकलें और वोट पाएँ। थैंक यू सो मच फॉर कमिंग एंड बेस्ट ऑफ लक फॉर योर कैंपेन। थैंक यू वेरी मच फॉर हैविंग मी। थैंक यू सो मच। थैंक यू।
ਸੋ ਇਹ ਸਨ ਮੇਰੇ ਨਾਲ ਅਸਦ ਸਈਦ ਜੀ ਜਿਹੜੇ ਇੰਡੀਪੈਂਡੈਂਟਲੀ ਰਨ ਕਰ ਰਹੇ ਨੇ ਸਰੀ ਦੇ ਵਿੱਚੋਂ, ਕਹਿ ਰਹੇ ਨੇ ਕਿ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਤੱਕ ਪਹੁੰਚਾਂਗੇ, ਕਿ ਲੋਕ ਜੋ ਚਾਹੁੰਦੇ ਨੇ ਉਹ ਕਰਕੇ ਦਿਖਾਵਾਂਗੇ, ਇਹਨਾਂ ਦੇ ਕੋਲ ਕੋਈ ਮੇਅਰ ਨਹੀਂ ਹੈਗਾ। ਸੋ ਇਹ ਚਾਰ ਜਣੇ ਜਿਹੜੇ ਹੈਗੇ ਆ ਉਹ ਆਪਣੀ ਸਲੇਟ ਤੋਂ ਖੜ੍ਹੇ ਹੋਏ ਹੈਗੇ ਆ। ਤੁਹਾਨੂੰ ਜਿਹੜਾ ਵੀ ਕੋਈ ਉਮੀਦਵਾਰ ਲੱਗਦਾ ਹੈਗਾ ਕਿ ਉਹ ਚੇਂਜਸ ਲਿਆ ਸਕਦਾ, ਸਿਰਫ ਉਹਨੂੰ ਹੀ ਚੁਣਨਾ ਹੈਗਾ ਆ, ਪੂਰੀ ਤਰ੍ਹਾਂ ਰੀਸਰਚ ਕਰੋ ਆਪਦੇ ਕੈਂਡੀਡੇਟ ਵਾਸਤੇ ਜਿਹਨੂੰ ਤੁਸੀਂ ਵੋਟ ਕਰਨੀ ਹੈਗੀ ਆ, ਤਾਂ ਕਿ ਆਪਾਂ ਆਪਣਾ ਫਿਊਚਰ ਜਿਹੜਾ ਹੈਗਾ ਉਹ ਵਧੀਆ ਕਰ ਸਕੀਏ, ਹੋਰ ਸ਼ਾਨਦਾਰ ਕਰ ਸਕੀਏ। ਇਸ ਦੇ ਨਾਲ ਹੀ ਮੈਨੂੰ ਇੱਥੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।